ਰਸ਼ੀਆ ਦੇ ਜੋ ਪ੍ਰੈਜ਼ੀਡੈਂਟ ਆ ਬਲਾਦੀਮੀਰ ਪੁਟਨ ਉਹਨਾਂ ਨੇ ਜਿਆਦਾ ਤੋਂ ਯੂਕਰੇਨ ਦੇ ਵਿੱਚ ਅਟੈਕ ਕਰਨਾ ਸ਼ੁਰੂ ਹੋਇਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਨਿਊਕਲੀਅਰ ਡ੍ਰਿਲ ਜਿਹੜੀ ਆ ਉਹ ਕੀਤੀ ਹੈਗੀ ਆ ਸੋ ਉਹਨਾਂ ਨੇ ਖੁਦ ਬਾਚ ਕੀਤੀ ਆ ਰਸ਼ੀਆ ਦੀ ਸਟ੍ਰੈਟੈਜੀਕ ਨਿਊਕਲੀਅਰ ਫੋਰਸਸ ਨੇ ਇੱਕ ਡ੍ਰਿਲ ਕੀਤੀ ਆ ਬਲਾਸਟਿਕ ਤੇ ক্রুস মিসাইলস ਜੋ ਆ ਫਾਰੀਸ ਤੇ ਆਰਕਟਿਕ ਦੇ ਵਿੱਚ ਲਾਂਚ ਕੀਤੀਆਂ ਗਈਆਂ ਇਹ ਕ੍ਰੈਮਲਿਨ ਨੇ ਦੱਸਿਆ ਆ ਯੂਐਸਏ ਨੂੰ ਵੀ ਦੱਸਿਆ ਗਿਆ ਸੀ ਕਿ ਜੋ ਰਸ਼ੀਆ ਵਾਲੇ ਆ ਉਹ ਡ੍ਰਿਲ ਕਰਨ ਜਾ ਰਹੇ ਹੈਗੇ ਆ ਤੇ ਇਸ ਟਾਈਮ ਦੇ ਉੱਤੇ ਰਸ਼ੀਆ ਨੇ ਇਹ ਡ੍ਰਿਲ ਕੀਤੀ ਆ ਜਿਸ ਟਾਈਮ ਦੇ ਉੱਤੇ ਰਸ਼ੀਆ ਵਾਲੇ ਯੂਕਰੇਨ ਦੇ ਉੱਤੇ ਇੱਕ ਤਰ੍ਹਾਂ ਦਾ ਬਲੇਮ ਲਾ ਰਹੇ ਆ ਕਿ ਉਹ ਡਰਟੀ ਬੋਮ ਪਲੋਟ ਕਰ ਰਹੇ ਹੈਗੇ ਆ ਉਹ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਜਿਹੜਾ ਡਰਟੀ ਬੌਮ ਹੁੰਦਾ ਆ ਇਹ ਐਕਸਪਲੋਸਿਵ ਡਵਾਈਸ ਹੁੰਦੀ ਆ ਜਿਹਦੇ ਵਿੱਚ ਰੇਡੀਓਐਕਟਿਵ ਮਟੀਰੀਅਲ ਤੇ ਹੋਰ ਇਦਾਂ ਦੀਆਂ ਚੀਜ਼ਾਂ ਮਿਕਸਡ ਹੁੰਦੀਆਂ ਆ ਰਸ਼ੀਅਨ ਜੋ ਆ ਉਹ ਝੂਠੇ ਇਲਜ਼ਾਮ ਯੂਕਰੇਨ ਤੇ ਲਾ ਆ ਕੇ ਤੇ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਪਰ ਪਤਾ ਇਹ ਵੀ ਹੋ ਸਕਦਾ ਕੋਈ ਆਪਣੇ ਮੁਲਕ ਦੇ ਉੱਤੇ ਆਪ ਹੀ ਬੰਬ ਸੈੱਟ ਲਵੇ ਕੀਵ ਜੋ ਯੂਕਰੇਨ ਦਾ ਇੱਕ ਸ਼ਹਿਰ ਆ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਤੇ ਉਹ ਅਟੈਕ ਦੇ ਲਈ ਪ੍ਰਪੇਅਰ ਹੈਗੇ ਆ 5 ਦਿਨ ਪਹਿਲਾਂ ਰਸ਼ੀਆ ਨੇ ਨਿਊਕਲੀਅਰ ਡ੍ਰਿਲ ਕੀਤੀ ਸੀ ਜਦੋਂ ਯੂਕਰੇਨ ਦੇ ਵਿੱਚ ਉਹਨਾਂ ਨੇ ਇਨਵੇਡ ਕੀਤਾ ਸੀ ਹੁਣ ਉਸ ਤੋਂ ਬਾਅਦ ਇੰਨੇ ਚਿਰਾਂ ਬਾਅਦ ਫੇਰ ਇੱਕ ਵਾਰੀ ਡ੍ਰਿਲ ਜੋ ਕੀਤੀ ਹੈਗੀ ਆ ਵਾਸ਼ਿੰਗਟਨ ਦੇ ਵਿੱਚ ਮਿਲਟਰੀ ਆਫੀਸ਼ਰਸ ਨੇ ਇਹ ਕਿਹਾ ਆ ਪੇ ਰਸ਼ੀਅਨਸ ਨੇ ਜੋ ਆਰਮ ਕੰਟਰੋਲ ਆਬਲੀਗੇਸ਼ਨ ਆ ਉਹਨੂੰ ਕੰਪਲਾਈ ਕੀਤਾ ਤੇ ਉਹਨਾਂ ਨੂੰ ਦੱਸਿਆ ਹੈਗਾ ਆ ਨਾਟੋ ਵੀ ਆਪਣੀ ਓਨ ਜਿਹੜੀਆਂ ਨਿਊਕਲੀਅਰ ਐਕਸਰਸਾਈਜ਼ਸ ਆ ਉਹ ਕਰ ਰਹੀਆਂ ਹੈਗੀਆਂ ਸੋ ਹੁਣ ਦੇਖਦੇ ਆ ਕਾਫੀ ਜਿਹੜਾ ਕਸ਼ਮਕਸ਼ ਆ ਪੇਜ ਹੁੰਦੀ ਜਾ ਰਹੀ ਆ ਪਿਛਲੇ ਕੁਝ ਇੱਕ ਦਿਨਾਂ ਤੋਂ ਰਸ਼ੀਆ ਤੇ ਯੂਕਰੇਨ ਦੇ ਵਿੱਚ ਰਸ਼ੀਆ ਦੇ ਜੋ ਪ੍ਰੈਜ਼ੀਡੈਂਟ ਆ ਬਲਾਦੀਮੀਰ ਪੁਟਨ ਉਹਨਾਂ ਨੇ ਜਿਆਦਾ ਤੋਂ ਯੁਕਰੇਨ ਦੇ ਵਿੱਚ ਅਟੈਕ ਕਰਨਾ ਸ਼ੁਰੂ ਹੋਇਆ ਉਸ ਤੋਂ ਬਾਅਦ ਫਿਰ ਇੱਕ ਵਾਰੀ ਨਿਊਕਲੀਅਰ ਡ੍ਰਿਲ ਜਿਹੜੀ ਆ ਉਹ ਹੋ ਕੀਤੀ ਹੈਗੀ ਆ ਸੋ ਉਹਨਾਂ ਨੇ ਖੁਦ ਬਾਚ ਕੀਤੀ ਆ ਰਸ਼ੀਆ ਦੀ ਸਟ੍ਰੈਟੈਜਿਕ ਨਿਊਕਲੀਅਰ ਫੋਰਸਸ ਨੇ ਇੱਕ ਡ੍ਰਿਲ ਕੀਤੀ ਆ ਬੈਲਿਸਟਿਕ ਤੇ ਕਰੂਜ਼ ਮਿਸਾਈਲਸ ਜੋ ਆ ਫਾਰ ਇਸ ਤੇ ਆਰਕਟਿਕ ਦੇ ਵਿੱਚ ਲਾਂਚ ਕੀਤੀਆਂ ਗਈਆਂ ਇਹ ਕ੍ਰੈਮਲਿਨ ਨੇ ਦੱਸਿਆ ਆ ਯੂਐਸਏ ਨੂੰ ਵੀ ਦੱਸਿਆ ਗਿਆ ਸੀ ਕਿ ਜੋ ਰਸ਼ੀਆ ਵਾਲੇ ਆ ਉਹ ਡ੍ਰਿਲ ਕਰਨ ਜਾ ਰਹੇ ਹੈਗੇ ਆ ਤੇ ਇਸ ਟਾਈਮ ਦੇ ਉੱਤੇ ਰਸ਼ੀਆ ਨੇ ਇਹ ਟ੍ਰਿਲ ਕੀਤੀ ਆ ਜਿਸ ਟਾਈਮ ਦੇ ਉੱਤੇ ਰਸ਼ੀਆ ਵਾਲੇ ਯੂਕਰੇਨ ਦੇ ਉੱਤੇ ਇੱਕ ਤਰ੍ਹਾਂ ਦਾ ਬਲੇਮ ਲਾ ਰਹੇ ਆ ਕਿ ਉਹ ਡਰਟੀ ਬੋਮ ਪਲੋਟ ਕਰ ਰਹੇ ਹੈਗੇ ਆ ਉਹ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਜਿਹੜਾ ਡਰਟੀ ਬੋਮ ਹੁੰਦਾ ਆ ਇਹ ਐਕਸਪਲੋਸਿਵ ਡਵਾਈਸ ਹੁੰਦੀ ਆ ਜਿਹਦੇ ਵਿੱਚ ਰੇਡੀਓ ਐਕਟਿਵ ਮਟੀਰੀਅਲ ਤੇ ਹੋਰ ਇਦਾਂ ਦੀਆਂ ਚੀਜ਼ਾਂ ਮਿਕਸਡ ਹੁੰਦੀਆਂ ਆ ਰਸ਼ੀਅਨ ਜੋ ਉਹ ਝੂਠੇ ਇਲਜ਼ਾਮ ਯੂਕਰੇਨ ਤੇ ਲਾ ਆ ਕੇ ਤੇ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਪਰ ਪਤਾ ਇਹ ਵੀ ਹੋ ਸਕਦਾ ਕੋਈ ਆਪਣੇ ਮੁਲਕ ਦੇ ਉੱਤੇ ਆਪ ਹੀ ਬੰਬ ਸੈੱਟ ਲਵੇ ਕੀਵ ਜੋ ਯੂਕਰੇਨ ਦਾ ਇੱਕ ਸ਼ਹਿਰ ਆ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਤੇ ਉਹ ਅਟੈਕ ਦੇ ਲਈ ਪ੍ਰੀਪੇਅਰ ਹੈਗੇ ਆ 5 ਦਿਨ ਪਹਿਲਾਂ ਰਸ਼ੀਆ ਨੇ nuclear drill ਕੀਤੀ ਸੀ ਜਦੋਂ ਯੂਕਰੇਨ ਦੇ ਵਿੱਚ ਉਹਨਾਂ ਨੇ ਇਨਵੇਡ ਕੀਤਾ ਸੀ ਹੁਣ ਉਸ ਤੋਂ ਬਾਅਦ ਇੰਨੇ ਚਿਰਾਂ ਬਾਅਦ ਫੇਰ ਇੱਕ ਵਾਰੀ ਡ੍ਰਿਲ ਜੋ ਕੀਤੀ ਹੈਗੀ ਆ ਅ ਵਾਸ਼ਿੰਗਟਨ ਦੇ ਵਿੱਚ ਮਿਲਟਰੀ ਆਫੀਸ਼ਰਸ ਨੇ ਇਹ ਕਿਹਾ ਆ ਪੇ ਰਸ਼ੀਅਨਸ ਨੇ ਜੋ ਆਰਮ ਕੰਟਰੋਲ ਆਬਲੀਗੇਸ਼ਨ ਆ ਉਹਨੂੰ ਕੰਪਲਾਈ ਕੀਤਾ ਤੇ ਉਹਨਾਂ ਨੂੰ ਦੱਸਿਆ ਹੈਗਾ ਆ ਨਾਟੋ ਵੀ ਆਪਣੀ ਓਨ ਜਿਹੜੀਆਂ ਨਿਊਕਲੀਅਰ ਐਕਸਰਸਾਈਜ਼ਸ ਆ ਉਹ ਕਰ ਰਹੀਆਂ ਹੈਗੀਆਂ ਸੋ ਹੁਣ ਦੇਖਦੇ ਆ ਕਾਫੀ ਜਿਹੜਾ ਕਸ਼ਮਕਸ਼ ਆ ਤੇਜ਼ ਹੁੰਦੀ ਜਾ ਰਹੀ ਆ ਪਿਛਲੇ ਕੁਝ ਇੱਕ ਦਿਨਾਂ ਤੋਂ ਰਸ਼ੀਆ ਤੇ ਯੂਕਰੇਨ ਦੇ ਵਿੱਚ